ਆਇਆ ਜੀ ਤਿੰਨ ਬੰਦੇ ਵੀਰੇ ਦੇ ਕਿਰਪਾਨਾ ਗੜਾਸੇ ਮਾਰ ਰਹੇ ਸੀਗੇ ਵੀਰਾ ਡਿੱਗ ਗਿਆ ਤੇ ਮੈਂ ਇੱਕ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮੇਰੇ ਵੀ ਦੋ ਮਾਰੇ ਤੇ ਉਧਰੋਂ ਫਿਰ ਉਹਨਾਂ ਦੀ ਦੋ ਲੇਡੀਜ਼ ਆ ਕੇ ਉਹ ਵੀ ਨਾਲ ਉਹਨਾਂ ਦੇ ਮਾਰਨ ਲੱਗੀਆਂ ਮੈਂ ਜਦੋਂ ਮੇਰੇ ਦੋ ਮਾਰੇ ਮੈਂ ਡਿੱਗ ਗਿਆ ਤੇ ਮੈਂ ਡਿੱਗ ਕੇ ਜਦੋਂ ਉੱਠਿਆ ਫਿਰ ਮੈਂ ਭੱਜ ਲਿਆ ਹਾਂ ਵੀਰੇ ਦੇ ਬਹੁਤ ਜਾਂਦੀ ਬੇਹਰਾਮੀ ਨਾਲ ਕਿੰਨੇ ਕੁ ਕੱਟ ਲੱਗੇ ਹੋਏ ਸੀਗੇ ਜਦੋਂ ਤੁਸੀਂ ਦੇਖਿਆ ਕਿ ਸੁਖਵਿੰਦਰ ਨੇ ਖੂਨ ਖੂਨ ਡੁੱਲਿਆ ਪਿਆ ਸਾਡੇ ਕੋਲ ਫੋਟੋ ਹੈਗੀ ਆ ਤੁਹਾਨੂੰ ਫੋਨ ਤੇ ਦਿਖਾ ਦਿੰਦੇ ਹਾਂ ਹੁਣੇ ਨਾਲ ਕਿੱਥੇ ਕਿੱਥੇ ਲੱਗੀਆਂ ਸਨ खन्ने के नेड़े पिंड होल दे विच मौजूद हाँ जिथे बीती रात एक पुलिस मुलाजम की बेरहमी के नाल हत्या कर दी जाती है। सुखविंदर नाम का युवक है 31 साल का मुंडा है जिहड़ा कि उसकी बेरहमी के नाल पिंड के ही नौजवानों के वलों मामूली जी गल नूं लैके जिहड़ी कि उसका कतल कर दिता जाता है तेज तर हथियारों के नाल उसते वार किया जाता है बार बार। तो तस्वीर तुहानूं दिखावांगे मौके दीआं जिस जगह के उत्ते सुखविंदर के उत्ते हमला किया गया सीगा रात नूं उस गली दे विच मौजूद आ जिस गली दे विच देर रात सुखविंदर जो वापस परतते हैं तो इस जगह के उत्ते सुखविंदर है जिहड़ा कि लिटिया होंदा है तो काफ़ी ज़्यादा उसके जेडे कि तेज तार हथियार नाल हमले ने किए जाते हैं तो दो दिन बीत चुके हैं हजे भी जिहड़े कि ब्लड के निशान ने उत्थे सड़क के उत्ते नज़र आ रहे हैं। तो चशमजीत सीगा जिहड़ा मौके पर जिन्हां दे वल्लों मौके पर सुखविंदर नूं छडाउण की कोशिश की गई उन्हां दे उत्ते भी नौजवानों के वल्लों हमले आ किए गए। तुसीं वीरे जदों मौके तों उत्थे पहुँचदे इत्थे पहुँचे सीगे की माहौल सीगा उदों को आया जी तीन बंदे वीरे दे कृपाना गडासे मार रहे सीगे वीरा डिग गया तो मैं एक नूं छडाउण की कोशिश की तो उन्होंने मेरे भी दो मारे तो उधरों फिर उन्होंने दो लेडीज़ आके वह भी नाल उन्होंने मारन लगियां तो मैं जो मेरे दो मारे मैं डिग गया तो मैं डिग के जो उठा फिर मैं भज लिया हाँ वीरे दे बहुत जानी बेहरामी नाल किन्ने कु कट लगे हुए थे जो तुम देखा कि सुखविंदर खून ही खून डुल्या पिया साडे कोल फोटो हैगी आ तुहानूं फोन ते दिखा दिंदे आ हुणे नाल कित्थे कित्थे लगियां सर मेरे एक तो पिछे गर्दन ते इक ढूही ते हाँ जी हाँ माड़ा जिहा कित्थे कित्थे तुहाडे लगियां साडा ਤਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਹੈ ਇਸਦੇ ਵੀ ਗਰਦਨ ਦੇ ਉੱਤੇ ਜਿਹੜਾ ਕਿ ਇਸ ਨੂੰ ਵੀ ਮਾਰਨ ਦੀ ਕੋਸ਼ਿਸ਼ ਆਪਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਪਰ ਇਹਨਾਂ ਦਾ ਬਚਾਅ ਹੋ ਗਿਆ। ਤਾਂ ਇਹਨਾਂ ਦੇ ਵੀ ਜਿਹੜੇ ਕਿ ਟਾਂਕੇ ਨੇ ਲੱਗੇ ਹੋਏ ਨੇ ਕਾਫੀ ਤੇਜ਼ ਧਾਰ ਹਥਿਆਰ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਸ ਨੌਜਵਾਨ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ। ਤਾਂ ਇੱਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਤਾਂ ਉਸ ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਕਿ ਭਾਅ ਜੀ ਹੋਰ ਤੁਸੀਂ ਵੀ ਇੱਥੇ ਮੌਕੇ 'ਤੇ ਸੀਗੇ? ਨਹੀਂ ਜੀ ਨਹੀਂ ਸਾਨੂੰ ਤਾਂ ਜੀ ਦੂਏ ਜਣੇ ਪਤਾ ਲੱਗਿਆ ਅਸੀਂ ਹੈਗੇ ਜੀ ਸਾਡਾ ਘਰ ਤਾਂ ਉੱਧਰ ਆ ਅਤੇ ਸਾਨੂੰ ਤਾਂ ਤੜਕ ਵੀ ਪਤਾ ਲੱਗਿਆ ਅੱਜ ਤਾਂ ਜਦੋਂ ਪਤਾ ਲੱਗਿਆ ਜਦੋਂ ਜੇ ਦੇਵ ਨੂੰ ਘਰੇ ਜਾ ਕੇ ਪੁੱਛਿਆ ਵੀ ਕੀ ਕਾਰਨ ਕੀ ਰਿਹਾ ਇੱਕ ਮਾਮੂਲੀ ਜਿਹੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਜਾਨੋਂ ਹੀ ਮਾਰਤਾ ਪਹਿਲੇ ਤੁਸੀਂ ਪਲੈਨਿੰਗ ਸੀਗੀ ਉਹਨਾਂ ਦੀ? ਪਤਾ ਨਹੀਂ ਜੀ ਹੁਣ ਉਹਨਾਂ ਤਾਂ ਉਹਦਾ ਨੂੰ ਹੀ ਪਤਾ ਵੀ ਉਹਨਾਂ ਦੇ ਕੀ ਪ੍ਰੋਗਰਾਮ ਸੀਗਾ ਜੀ ਅਤੇ ਇੱਕ ਅਚਾਨਕ ਤਾਂ ਇੱਡੀ ਲੜਾਈ ਕੋਈ ਕਰਦਾ ਨਹੀਂ ਹੈਗਾ ਜੀ ਜੇ ਵੀ ਇੱਕ ਲੱਖ 'ਤੇ ਇੱਕ ਲੱਖ ਤਾਂ ਕੋਈ ਡੰਡਾ ਛੋਟੀ ਵੀ ਨਹੀਂ ਲੱਭਦਾ ਹੈਗਾ ਕੋਈ ਸੱਪਾ ਜਾ ਕਰੇ ਉਹਨੂੰ ਕੁੱਟ ਸੱਪ ਨੂੰ ਮਾਰਨ ਨੂੰ ਛੋਟੀ ਨਹੀਂ ਲੱਭਦੀ ਉਹ ਅੱਗੇ ਵੀ ਆਉਂਦਾ ਸੀਗਾ ਉਹ ਦੁਕਾਨ ਆ ਅੱਗੇ ਇੱਕ ਉਹਦਾ ਮੁੰਡਾ ਦੋਸਤ ਆ ਉਹਦੇ ਕੋਲ ਵਗ ਜਾਂਦਾ ਸੀ ਖਾ ਆਪਣੇ ਪਕੌੜੇ ਪਕੌੜੀਆਂ ਠੰਡਾ ਠੁੰਡਾ ਲੈ ਕੇ ਘਰ ਨੂੰ ਆ ਜਾਂਦਾ ਸੀ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਵੀ ਹੀ ਆਉਣਾ ਉਹਨਾਂ ਨੇ ਮੂਹਰੇ ਕੱਤੇ ਕੱਤੇ ਲਾ ਕੇ ਉਹਨੇ ਕਹਿਤਾ ਵੀ ਤੁਸੀਂ ਕੁੱਤੇ ਕੱਤੇ ਪਈ ਉਹਦੇ ਪਰੇ ਕਰ ਲਓ ਹੋਰ ਲੋਕ ਵੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਇੱਕ ਮੁੰਡੇ ਦਾ ਔਰ ਕਾਫੀ ਜ਼ਿਆਦਾ ਸ਼ਰੀਫ ਵੀ ਸੀਗਾ ਪਿੰਡ ਦੇ ਵਿੱਚੋਂ ਵੀ ਪਤਾ ਲੱਗਿਆ ਕਿ ਕਿਸ ਨਾਲ ਜ਼ਿਆਦਾ ਗੱਲਬਾਤ ਵੀ ਨਹੀਂ ਕਰਦੇ ਸੀ ਤਾਂ ਇਹਦੀ ਬੇਰਹਿਮੀ ਦੇ ਨਾਲ ਕਤਲ ਕਰਤਾ ਉਹਦਾ? ਹਾਂਜੀ ਹਾਂ ਸਾਨੂੰ ਤਾਂ ਰਾਤ ਨੂੰ ਪਤਾ ਲੱਗਿਆ ਜੀ ਬਹੁਤ ਸ਼ਰੀਫ ਸੀਗਾ ਜੀ ਵਧੀਆ ਮੁੰਡਾ ਦੀ ਮਿਲਸਾਰ ਸੀ ਸਾਰੇ ਆਲੇ ਦੁਆਲੇ ਮੁੰਡਿਆਂ ਨੂੰ ਮਿਲਦਾ ਜੁਲਦਾ ਸੀਗਾ ਜੀ ਹਾਂ ਮੇਰਾ ਪਿੰਡ ਤਾਂ ਹੋਰ ਆ ਜੀ ਵੈਸੇ ਸਾਨੂੰ ਤਾਂ ਰਿਸ਼ਤੇਦਾਰ ਨੇ ਆਪਣੇ ਇਹਨਾਂ ਨੇ ਫੋਨ ਕਰਿਆ ਵੀ ਐਂ ਕਰਕੇ ਗੱਲ ਹੋਊਗੀ ਜਦ ਨੂੰ ਲੈ ਕੇ ਤੇ ਲੁਧਿਆਣੇ ਜੀ ਹਾਂ ਜਦ ਨੂੰ ਆਏ ਬਿਲਕੁਲ ਇਸੇ ਰਸਤੇ ਦੇ ਉੱਤੇ ਰਾਤ ਨੂੰ ਜਿਹੜਾ ਕਿ ਸੁਖਵਿੰਦਰ ਹੈ ਉਹ ਆ ਰਿਹਾ ਹੁੰਦਾ ਆਪਦੇ ਘਰ ਦੇ ਲਈ ਵਾਪਸ ਪਰਤ ਲਿਆ ਤਾਂ ਜਦੋਂ ਪਹਿਲਾਂ ਤੋਂ ਹੀ ਜਿਹੜੇ ਕਿ ਉਹਨਾਂ ਦੀ
ਟ੍ਰੈਪ ਲਾਈ ਬੈਠੇ ਸਨ, ਪਹਿਲਾਂ ਤੋਂ ਹੀ ਇੱਥੇ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਸੁਖਵਿੰਦਰ ਹੈ ਜਿਹੜਾ ਕਿ ਇਸੇ ਜਗ੍ਹਾ 'ਤੇ ਪਹੁੰਚੇਗਾ ਅਤੇ ਇਸੇ ਹੀ ਜਗ੍ਹਾ 'ਤੇ ਸੁਖਵਿੰਦਰ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਵੱਢਿਆ ਜਾਂਦਾ ਹੈ। ਤਾਂ ਜਿਹੜੇ ਚਸ਼ਮਜੀਤ ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਸੁਖਵਿੰਦਰ ਦੇ ਉੱਤੇ ਸੱਟਾਂ ਲੱਗਦੀਆਂ ਨੇ ਉਸਨੂੰ ਕਾਫ਼ੀ ਜ਼ਿਆਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਵੱਢਿਆ ਜਾਂਦਾ, ਉਸ ਦੇ ਬਾਵਜੂਦ ਜਦੋਂ ਜ਼ਮੀਨ 'ਤੇ ਲੰਮਾ ਪੈਣ ਦਾ ਬੇਹੋਸ਼ ਹੋ ਜਾਂਦਾ ਉਸ ਦੇ ਬਾਵਜੂਦ ਵੀ ਉਹਦੇ ਉੱਤੇ ਜਿਹੜੇ ਕਿ ਲਗਾਤਾਰ ਵਾਰ ਹੈ ਉਹ ਕਰਦੇ ਰਹੇ ਨੇ। ਜਿਨ ਨੌਜਵਾਨਾਂ ਦੇ ਵੱਲੋਂ ਵਾਰ ਕੀਤੇ ਗਏ ਅਤੇ ਨਾਲ ਦੀ ਨਾਲ ਜਿਹੜੀਆਂ ਮਹਿਲਾਵਾਂ ਸੀ ਉਹ ਵੀ ਉੱਥੇ ਪਹੁੰਚਦੀਆਂ ਨੇ, ਤਾਂ ਉਹਨਾਂ ਦੇ ਵੱਲੋਂ ਵੀ ਸੁਖਵਿੰਦਰ ਦੇ ਬੇਸੁੱਧ ਜਦੋਂ ਪਿਆ ਸੀਗਾ ਬੇਹੋਸ਼ ਹੋ ਕੇ ਪਿਆ ਸੀ ਤਾਂ ਵੀ ਉਸ ਦੇ ਉੱਤੇ ਜਿਹੜੇ ਵਾਰ ਕੀਤੇ ਗਏ, ਤਾਂ ਜੋ ਨੌਜਵਾਨ ਸੁਖਵਿੰਦਰ ਨੂੰ ਛੁਡਾਉਣ ਦੇ ਲਈ ਪਹੁੰਚਿਆ ਉਸ ਨੂੰ ਵੀ ਜਿਹੜੀ ਕਿ ਮਾਰਨ ਦੀ ਕੋਸ਼ਿਸ਼ ਉਹ ਕੀਤੀ ਜਾਂਦੀ ਹੈ ਤਾਂ ਉਹ ਵੀ ਨੌਜਵਾਨ ਨਾਲ ਹੀ ਇੱਕ ਨਾਲ ਦੀ ਜਗ੍ਹਾ ਦੇ ਉੱਤੇ ਲੰਮਾ ਪਿਆ ਹੁੰਦਾ। ਪਰ ਜਦੋਂ ਪਰਿਵਾਰਕ ਲੋਕ ਪਹੁੰਚਦੇ ਨੇ ਤਾਂ ਦੋਨਾਂ ਨੂੰ ਲੈ ਕੇ ਜਾਂਦੇ ਨੇ ਇਲਾਜ ਦੇ ਲਈ ਲੁਧਿਆਣਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ, ਪਰ ਬੀਤੇ ਕੱਲ੍ਹ ਸੁਖਵਿੰਦਰ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਅੱਜ ਆ ਜਿਹੜਾ ਕਿ ਹੁਣ ਅੰਤਿਮ ਸੰਸਕਾਰ ਆ ਉਹ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਕਿ ਜ਼ਰੂਰ ਆ ਕੀਤੀ ਜਾਂਦੀ ਹੈ, ਪਹਿਲਾਂ 307 ਦਾ ਮੁਕੱਦਮਾ ਦਰਜ ਕੀਤਾ ਜਾਂਦਾ ਜਦੋਂ ਸੁਖਵਿੰਦਰ ਦੀ ਡੈਥ ਹੋ ਜਾਂਦੀ, ਉਸ ਤੋਂ ਬਾਅਦ 302 ਦਾ ਮੁਕੱਦਮਾ ਵੀ ਜਿਹੜਾ ਧਾਰਾ ਦੇ ਵਿੱਚ ਵਾਧਾ ਕੀਤਾ ਜਾਂਦਾ। 3 ਜਿਹੜੇ ਕਿ ਨੌਜਵਾਨ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ, ਮਹਿਲਾਵਾਂ ਨੇ ਜਿਹੜੀ ਉਹਨਾਂ ਦੀ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਲਗਾਤਾਰ ਜਿਹੜੀ ਕਿ ਭਾਲ ਆ ਉਹ ਕਰ ਰਹੀ ਹੈ। ਕੈਮਰਾ ਪਰਸਨ ਰੋਹਿਤ ਦੇ ਨਾਲ ਹਿੰਮਤ ਸਿੰਘ ਦੀ ਗੱਲ, ਦੈਨਿਕ ਸਵੇਰਾ, ਖੰਨਾ।